ਸਿੱਧੀ ਪਾਣੀ ਪਈ ਪੰਜਾਬ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇੱਕ ਵਾਰ ਫਿਰ ਸਵਾਗਤ ਹੈ ਮੇਰੇ YouTube ਚੈਨਲ ਤੇ ਹੋਪ ਕਿ ਸਾਰੇ ਵਧੀਆ ਹੋਵੋਗੇ ਤੇ ਤੁਹਾਨੂੰ ਸਾਰਿਆਂ ਨੂੰ ਖਾਲਸਾ ਸਾਹਿਬ ਦਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਤੇ ਅੱਜ ਆਪਾਂ ਫਿਰ ਆਏ ਆ ਨਾਨਕਸਰ ਜੋਰੜਾ ਤੇ ਜਿਹੜਾ 13 ਮੰਜ਼ਲੀ ਗੁਰਦੁਆਰਾ ਹੈਗਾ ਗੁਰੂ ਨਾਨਕ ਦੇਵ ਜੀ ਦਾ ਉੱਥੇ ਆਏ ਆ ਤੇ ਉੱਥੇ ਗੱਤਕੇ ਦੀ ਪਰਫਾਰਮੈਂਸ ਹੈਗੀ ਹੈ ਧੁੱਪ ਬਹੁਤ ਜ਼ਿਆਦਾ ਧੁੱਪ ਥੋੜਾ ਧੁੱਪ ਕਰਕੇ थोड़ा शाम का प्रोग्राम आगे जिमें जिमें होगा तुम दिखावे अगे बने रहे हो ब्लॉग इंजॉय करो। हाँ जी एक बार फिर तो गतका जंग यू करतब की परफॉर्मेंस लेके आ रहे हैं दलेर खालसा इंटरनेशनल गतका ग्रुप। ये साडा पहला वर्ल्ड रिकॉर्ड सी जो कि 2016 विच असी अमेरिका का रिकॉर्ड तोड़िया सी। अमेरिका विच 1997 विच किसे गोरे ने अपनी बाहां दे जोर नाल 4 मोटरसाइकिल 23 सेकंड रोके सी ते इहदे जवाब विच 2016 विच 8 मोटरसाइकिल 56 सेकंड रोके उहदा वर्ल्ड रिकॉर्ड तोड़िया ते अपना नाम इंडिया बुक ऑफ रिकॉर्ड विच दर्ज करवाया। तो सरदार जी Thank you.
अपनी परफॉर्मेंस हो चुकी है, हम आप दर्शन करने हम चले घर ਉਹ ਦੇਖ ਬਾਬਾ ਆ ਕੇ ਕੀ ਦੇਖ ਕੇ ਗਿਆ ਜਿੱਦਾਂ ਮਤਲਬ ਅੱਜ ਆਪਾਂ ਵਿਸਾਖੀ ਦਾ ਇਤਿਹਾਸ ਕੀ ਆ ਹੁਣ ਕੈਮਰਾ ਅੱਗੇ ਆ ਬੋਲੋ ਬੋਲਦੇ ਨੀ ਆਪਾਂ ਮੈਂ ਦੱਸਦਾ ਇਹਨੂੰ ਸਾਡੇ ਬੱਜ ਆ ਲੈ ਵੀ ਆ ਕਹਿੰਦੇ ਨੀ ਅਤੇ ਇੱਥੇ ਜਿਹੜੀਆਂ ਇਤਿਹਾਸਿਕ ਮੂਰਤੀਆਂ ਨੇ ਉਹ ਸ਼ਹੀਦ ਸਿੰਘਾਂ ਦੀਆਂ ਉਹਨੂੰ ਸ਼ਹੀਦ ਕੀਤਾ ਸੀਗਾ ਅਲੱਗ ਅਲੱਗ ਤਰੀਕੇ ਨਾਲ ਅਤੇ ਇੱਥੇ ਅੰਗ ਸਿੰਘਾਂ ਦੀ ਜਿਹੜੇ ਯੋਧੇ ਨੇ ਆਪਣੇ ਕੌਮ ਦੇ ਵਿੱਚ ਉਹਨਾਂ ਦੀ ਮੂਰਤੀਆਂ ਹੈਗੀਆਂ ਨੇ ਤੁਹਾਨੂੰ ਵਿਖਾਉਂਦੇ ਹਾਂ ਅਤੇ ਸਾਹਿਬਜ਼ਾਦੇ ਦੀ ਵੀ ਮੂਰਤੀਆਂ ਹੈਗੀਆਂ ਕਾਫੀ ਸਾਰੀਆਂ ਤੁਹਾਨੂੰ ਵਿਖਾਵਾਂਗੇ ਨਾਲ ਨਾਲ ਵੇਖਦੇ ਰਹੋ ਅਤੇ ਜੁੜੇ ਰਹੋ ਅਤੇ ਇਹ ਮੂਰਤੀ ਆ ਜੀ ਬਾਬਾ ਬਘੇਲ ਸਿੰਘ ਜੀ ਦੀ ਅਤੇ ਆਹ ਹੈ ਜੀ ਅਕਾਲੀ ਫੂਲਾ ਸਿੰਘ ਜੀ ਦੀ ਇਹ ਆ ਹਰੀ ਸਿੰਘ ਨਲਵੇ ਜੀ ਦੀ ਇਹ ਬਾਬਾ ਦੀਪ ਸਿੰਘ ਜੀ ਦੀ ਅਤੇ ਆਹ ਸਥਾਨ ਹੈਗਾ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ਼ਨਾਨ ਕੀਤਾ ਸੀ ਇਹ ਆ ਜੀ ਭਾਈ ਮਨੀ ਸਿੰਘ ਜੀ ਜਿਨ੍ਹਾਂ ਦੀ ਉਂਗਲ ਵਢਾ ਦਿੱਤੀ ਗਈ ਸੀਗੀ ਅਤੇ ਇਹ ਆ ਜੀ ਜਕਰੀਆ ਖਾਨ ਜਿਹਨੇ ਕਿਹਾ ਸੀਗਾ ਕਿ ਜਿਹੜਾ ਸਿੰਘਾਂ ਦਾ ਸਿਰ ਲਾ ਕੇ ਲਿਆਏਗਾ ਉਹਨਾਂ ਨੂੰ ਸੋਨੇ ਦੀਆਂ ਮੋਹਰਾਂ ਦੇਣਗੇ ਤਾਂ ਇਹ ਉਹ ਤਸਵੀਰ ਆ ਕਿ ਉੱਤੇ ਜਿਹੜੇ ਸਿੰਘਾਂ ਦੇ ਸਿਰ ਲਾ ਕੇ ਰੱਖੇ ਹੋਏ ਨੇ ਬਰਸ਼ਾਂ 'ਤੇ ਅਤੇ ਉਹਨਾਂ ਦਾ ਮੁੱਲ ਪੈ ਰਿਹਾ ਅਤੇ ਉਹ ਆ ਇਹ ਭਾਈ ਮਤੀ ਦਾਸ ਜੀ ਹੈਗੇ ਆ ਅਤੇ ਇਹਨਾਂ ਨੂੰ ਵਿੱਚੋਂ ਜਿਹੜਾ ਆਰੀ ਦੇ ਨਾਲ ਚੀਰ ਦਿੱਤਾ ਗਿਆ ਸੀਗਾ ਇਸ ਕਰਕੇ ਕਿ ਤੁਸੀਂ ਸਾਡਾ ਧਰਮ ਕਬੂਲ ਕਰ ਲਿਓ ਪਰ ਉਹਨਾਂ ਨੇ ਇਨਕਾਰ ਕਰਤਾ ਸੀਗਾ ਕਰਨ ਲਈ ਤਾਂ ਕਰਕੇ ਉਹਨਾਂ ਨੂੰ ਸ਼ਹੀਦੀ ਪਾਣੀ ਪਈ ਇਹ ਸ਼ਹੀਦ ਭਾਈ ਜੈ ਸਿੰਘ ਇਹਨਾਂ ਨੂੰ ਵੀ ਸ਼ਹੀਦ ਕੀਤਾ ਸੀਗਾ ਅਤੇ ਇਹ ਭਗਤ ਸਿੰਘ ਜੀ ਅੰਦਰ ਜਿਹਨਾਂ ਨੂੰ ਜਦੋਂ ਜੇਲ੍ਹ 'ਚ ਕੈਦ ਕੀਤਾ ਸੀਗਾ ਉਹਨਾਂ ਇਹ ਭਾਈ ਦਿਆਲਾ ਸਿੰਘ ਜੀ ਹੈਗੇ ਜਿਨ੍ਹਾਂ ਨੂੰ ਉਬਲਦੇ ਪਾਣੀ 'ਚ ਉਬਾਲਿਆ ਗਿਆ ਸੀਗਾ ਇਹ ਹੈਗੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਨੂੰ ਦੀਵਾਰ ਵਿੱਚ ਚਿਣਾ ਦਿੱਤਾ ਗਿਆ ਸੀਗਾ ਛੋਟੇ ਸਾਹਿਬਜ਼ਾਦਿਆਂ ਨੂੰ ਇਹ ਮੋਤੀ ਮਹਿਰਾ ਅਤੇ ਸ਼ਹੀਦੀਆਂ ਬਾਰੇ ਦੱਸਿਆ ਸੀਗਾ ਛੋਟੇ ਸਾਹਿਬਜ਼ਾਦੇ ਦੀ ਸ਼ਹੀਦੀ ਬਾਰੇ ਦੱਸਿਆ ਸੀ ਮਾਤਾ ਜੀ ਨੂੰ ਅਤੇ ਉਹ ਸਥਾਨ ਇਹਨਾਂ ਨੇ ਆਪਣੇ ਪੁੱਤਾਂ ਦੀ ਜਿਹੜੇ ਟੋਟੇ ਟੋਟੇ ਕਰਵਾ ਕੇ ਆਪਣੇ ਗਲਾਂ ਦੇ ਵਿੱਚ ਹਾਰ ਪਵਾਏ ਸੀਗੇ ਉਹ ਸ਼ਹੀਦ ਸਿੰਘਣੀਆਂ ਨੇ
जिन्हों का आप दास में जिक्र करने महाराजा रणजीत सिंह जी बाबा बंदा सिंह बहादुर जी करते हैं एंजॉय फिर।